ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਰੋਕੂ, ਜਾਦੂ TV, TV84 ਦੀ ਔਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਵਿਊਅਰਸ, ਹੁਣ ਸਾਲ ਦੇ ਉਹ ਦਿਨ ਚੱਲ ਰਹੇ ਹਨ ਜਦੋਂ 1699 ਈਸਵੀ ਵਿੱਚ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਸਾਜਿਆ ਗਿਆ ਸੀ। ਵੱਖਰੀ ਨਿਆਰੀ ਸੋਚ, ਪਹਿਚਾਣ ਅਤੇ ਹੋਂਦ ਦਾ ਮਾਲਕ ਦਸਮ ਪਾਤਸ਼ਾਹ ਦਾ ਖਾਲਸਾ ਆਪਣੇ ਜਨਮ ਤੋਂ ਅੱਜ ਤੱਕ ਕਿੰਨਾ ਮੁਸ਼ਕਲਾਂ ਵਿੱਚ ਘਿਰਿਆ ਰਿਹਾ ਹੈ ਅਤੇ ਅੱਜ ਕਿੰਨਾ ਸਥਿਤੀਆਂ ਵਿੱਚੋਂ ਲੰਘ ਰਿਹਾ ਹੈ, ਇਸ ਸਭ ਬਾਰੇ ਅਤੇ ਇਸ ਸਭ ਦੇ ਪਿਛੋਕੜ ਬਾਰੇ ਅੱਜ ਅਸੀਂ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਸਾਰਿਆਂ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ। ਸਾਰੇ ਸੰਸਾਰ ਵਿੱਚ ਬੈਠੇ ਹੋਏ ਸਿੱਖਾਂ ਨੂੰ ਵੀ ਜਿੱਥੇ ਮੈਂ ਧੰਨਵਾਦ ਆਪ ਜੀ ਦੇ ਚੈਨਲ ਰਾਹੀਂ ਪਹੁੰਚਾਉਂਦਾ, ਉੱਥੇ ਨਾਲ ਦੀ ਨਾਲ ਅੱਜ ਦੇ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਤੇ, ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਜੀ। ਪ੍ਰਿੰਸੀਪਲ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਸਾਡੇ ਦਰਸ਼ਕਾਂ ਨੂੰ ਵੀ ਖਾਲਸੇ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਜਿਹੜੀਆਂ ਨੇ ਉਹ ਮੁਬਾਰਕਾਂ ਹੋਣ। ਪ੍ਰਿੰਸੀਪਲ ਸਾਹਿਬ, ਜੇ ਅਸੀਂ ਖਾਲਸਾ ਸਾਜਣਾ ਦਿਵਸ ਤੇ ਇਤਿਹਾਸਕ ਪਿਛੋਕੜ ਦੀ ਗੱਲ ਕਰਨੀ ਹੋਵੇ ਜੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਇਹਦੇ ਨਾਲ ਸਿੱਖ ਕੌਮ ਦੀ ਜਿਹੜੀ ਦੁਨੀਆਂ ਦੇ ਉੱਪਰ ਜਦੋਂ ਖਾਲਸਾ ਪ੍ਰਗਟ ਹੋਇਆ ਇਹਦੀ ਮਹੱਤਤਾ ਕੀ ਹੈਗੀ ਹੈ, ਤੇ 1699 ਤੋਂ ਲੈ ਕੇ ਜਾਂ ਈਵਨ ਉਹਦੇ ਵੀ ਪਿਛੋਕੜ ਤੋਂ ਜੇ ਗੱਲ ਕਰਨੀ ਹੋਵੇ ਜਦੋਂ ਖਾਲਸੇ ਦੀ ਜਿਹੜੀ ਖਾਲਸੇ ਨੂੰ ਐਸਟੈਬਲਿਸ਼ ਕਰਨ ਦੀ ਜਿਹੜੀ ਰੂਪਰੇਖਾ ਹੈਗੀ ਹੈ ਉਹ ਤਿਆਰ ਹੁੰਦੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਸਫ਼ਰ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਗਤ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੰਸਾਰ ਦੇ ਵਿੱਚ ਆ ਕੇ ਮਹਿਸੂਸ ਕੀਤਾ ਕਿ ਇਸ ਵੇਲੇ ਮਨੁੱਖੀ ਕਦਰਾਂ ਕੀਮਤਾਂ ਦਾ ਧਾਨ ਹੋ ਚੁੱਕਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜੀ। ਨਿਰਮਲ ਪੰਥ ਦੀ ਡਿਊਟੀ ਲਾਈ, ਸੰਤਾ ਮਾਨੋ ਦਾਨੋ, ਇਹ ਕੁਟਵਾਰੀ ਮੇਰੀ, ਕੁਟਵਾਰੀ ਕਹਿੰਦੇ ਨੇ ਕੋਟ ਵਾਲੀ ਜੀ, ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਨੇ ਮੈਨੂੰ ਇਹ ਥਾਣੇਦਾਰੀ ਬਖਸ਼ੀ ਹੈ, ਇਹ ਡਿਊਟੀ ਲਾਈ ਹੈ ਕਿ ਸੰਤਾਂ ਭਲੇ ਪੁਰਸ਼ਾਂ ਦੀ ਮਾਨਤਾ ਅਤੇ ਦੁਸ਼ਟਾਂ ਦਾ ਨਾਸ਼ ਕਰਨਾ ਹੈ ਜੀ। ਇਸ ਲਈ ਸੱਚੇ ਪਾਤਸ਼ਾਹ ਨੇ ਆਪਣੇ ਪੰਥ ਵਿੱਚ ਸ਼ਾਮਿਲ ਹੋਣ ਵਾਲਿਆਂ ਲਈ ਇੱਕ ਸ਼ਰਤ ਲਾਈ ਸੀ, ਜਦ ਤੋਂ ਪ੍ਰੇਮ ਖੇਲਣ ਕਰ ਜਾਓ, ਸਿਰ ਘਰ ਤਲੀ ਗਲੀ ਮੇਰੀ ਆਓ, ਇਹ ਤੁਮਾਰ ਪੈਰ ਤ੍ਰਿਜੈ, ਸਿਰ ਤੀਜੈ ਕਾਣ ਨਾ ਕੀਜੈ। 1469 ਤੋਂ ਲੈ ਕੇ 1699 ਦੀ ਵਿਸਾਖੀ ਤੱਕ ਪੂਰੇ 230 ਸਾਲ ਦਾ ਸਮਾਂ ਬਣ ਜਾਂਦਾ ਹੈ ਜੀ। ਮੈਂ ਸਮਝਦਾ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਪੰਥ ਦੀ ਜੀ ਰੱਖੀ, ਬਾਕੀ 9 ਗੁਰੂ ਸਾਹਿਬਾਨ ਨੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੀ ਉਸ ਡਿਊਟੀ ਨੂੰ, ਉਸ ਫਰਜ਼ ਨੂੰ ਬਾਖੂਬੀ ਨਿਭਾਉਂਦੇ ਹੋਏ ਅੰਤ ਖਾਲਸਾ ਪੰਥ ਨੂੰ ਸੰਪੂਰਨਤਾ 30 ਮਾਰਚ ਸਨ 1699 ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਹ ਸੰਪੂਰਨਤਾ ਕਰ ਦਿੱਤੀ ਗਈ ਜੀ। ਕਿਉਂਕਿ ਇਸ ਦੀ ਪੰਥ ਦੀ ਡਿਊਟੀ ਐਸੀ ਸੀ, ਗੁਰੂ ਨਾਨਕ ਪਾਤਸ਼ਾਹ ਨੇ ਐਸਾ ਦੱਸਿਆ ਜੋ ਸੰਸਾਰ ਤੋਂ ਔਖਾ ਸੀ। ਖਾਲਸਾ ਪੰਥ ਦੀ ਸਾਜਨਾ ਨੇ ਜੀ ਕਿਤਾਬ ਲਿਖੀ ਹੈ ਜੋ ਲਿਖਦੇ ਹਨ ਕਿ ਸਿੰਘ ਰਾਜ ਦੇ ਉੱਤੇ 17 ਸਾਲ ਦੇ ਇੱਕ ਛੋਕਰੇ ਨੇ 2 ਕਿਸ਼ਤੀਆਂ, ਸਮੁੰਦਰੀ ਕਿਸ਼ਤੀਆਂ ਦੇ ਸਵਾਰ ਹੋ ਕੇ ਆਏ, ਰਾਜਾ ਦਾਇਰ ਸ਼ਾਹ ਨੂੰ ਕਾਬੂ ਕਰਕੇ ਉਸਦੀਆਂ ਬਹੂ ਬੇਟੀਆਂ ਨੂੰ ਕੈਦ ਕੀਤਾ ਤੇ ਅਰਬ ਸਾਗਰ ਤੋਂ ਪਾਰ ਨਾਜ਼ੀਆਂ ਤੇ ਬੇਸਮਾਵਾਂ ਬਣਾ ਕੇ ਭੇਜ ਦਿੱਤਾ। ਕਿਸੇ ਨੇ ਵਿਰੋਧ ਨਹੀਂ ਕੀਤਾ, 40 ਬੰਦਿਆਂ ਦੇ ਨਾਲ ਬੰਗਾਲ ਦੇ ਵਿੱਚ 17 ਸਾਲ ਦੇ ਇੱਕ ਛੋਕਰੇ ਨੇ 20 ਨੌਜਵਾਨਾਂ ਦੇ ਨਾਲ ਰਾਜੇ ਦੇ ਮਹਿਲ ਤੇ ਸਿੱਧਾ ਹੀ ਕਬਜ਼ਾ ਕਰ ਲਿਆ ਤੇ ਆਪਣਾ ਰਾਜ ਕਾਇਮ ਕਰ ਲਿਆ। ਲਛਮਣ ਸੈਨ ਆਪਣੀ ਜਾਨ ਬਚਾ ਕੇ
ਪਿਓਰ ਮੋਰੀ ਦੇ ਰਾਹੀਂ ਭੱਜ ਗਿਆ ਤੇ ਬੰਗਾਲ ਦੇ ਉੱਤੇ ਉਹ 17 ਸਾਲਾਂ ਦੇ ਮੁੰਡੇ ਦਾ ਜਿਹੜਾ 20 ਨੌਜਵਾਨਾਂ ਨਾਲ ਆਇਆ ਸੀ ਉਹਦੀ ਹਕੂਮਤ ਕਾਇਮ ਹੋ ਗਈ ਜੀ। ਏਦਾਂ ਦੀਆਂ ਇੱਕ ਨਹੀਂ ਹਜ਼ਾਰਾਂ ਹੀ ਘਟਨਾਵਾਂ ਪ੍ਰਿੰਸੀਪਲ ਸਾਹਿਬ ਤੁਹਾਡੀ ਨਾ ਆਵਾਜ਼ ਘੱਟ ਰਹੀ ਹੈ, ਤੁਸੀਂ ਮੇਰੇ ਖਿਆਲ ਥੋੜਾ ਜਿਹਾ ਜਾਂ ਤਾਂ ਬਾਹਰ ਆ ਜਾਓ, ਤੁਹਾਡੀ ਆਵਾਜ਼ ਘੱਟ ਰਹੀ ਹੈ, ਡਿਸਟਰਬੈਂਸ ਆ ਰਹੀ ਹੈ ਵਿੱਚ। ਅੱਛਾ ਜੀ, ਮੈਂ ਇਹ ਚਿੰਤਾ ਕਰਦਾ ਸੀ ਪਹਿਲਾਂ ਵੀ, ਕੋਈ ਨੀ ਮੈਂ ਬਾਹਰ ਜਾ ਕੇ ਨਾ ਆਪ ਜੀ ਨਾਲ ਕਰਦਾ, ਮੈਂ ਉੱਤੇ ਛੱਪ ਤੇ ਚੱਲ ਜਾਂਦਾ 2 ਮਿੰਟ ਦੇ ਲਈ, ਤੁਹਾਨੂੰ ਜਿਹੜਾ ਇਹ ਕਰਨਾ ਪੈਣਾ ਹੈ ਜੀ। ਲਾਈਨ ਤੇ ਹੀ ਬਣੇ ਰਹੋ ਪ੍ਰਿੰਸੀਪਲ ਸਾਹਿਬ, ਅਸੀਂ ਤੁਸੀਂ ਗੱਲਬਾਤ ਆਪਣੀ ਜਾਰੀ ਰੱਖ ਸਕਦੇ ਹੋ। ਹਾਂਜੀ 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 ਹਾਂ, ਤੇ ਮੈਂ ਬੇਨਤੀ ਕਰ ਰਿਹਾ ਸੀ, ਅਮੀਰ ਖੁਸਰੋ ਮੁਹੰਮਦ ਤੁਗਲਕ ਬਾਰੇ ਲਿਖਦਾ ਹੈ ਵੀ ਉਹ ਐਸਾ ਬਾਦਸ਼ਾਹ ਸੀ ਜਿਹੜਾ 1000 ਹਿੰਦੂ ਦੀ ਤਾਜ਼ਾ ਲਾਸ਼ ਤੇ 200 ਜਲਾਦ ਆਪਣੇ ਦਰਵਾਜ਼ੇ ਦੇ ਸਾਹਮਣੇ ਹਮੇਸ਼ਾ ਰੱਖਦਾ ਸੀ, ਔਰ ਦੁਪਹਿਰ ਦੇ ਬਾਅਦ ਉਹ ਲਾਸ਼ਾਂ ਸੁੱਟ ਕੇ ਨਵੀਆਂ ਕਤਲ ਕਰਾ ਲੈਂਦਾ ਸੀ। ਇਹਨਾਂ ਦੇ ਹਾਲਾਤ ਬਣ ਚੁੱਕੇ ਸੀ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ, ਪਰ ਕੋਈ ਵੀ ਇਸ ਜ਼ੁਲਮੋ ਸਿਤਮ ਦੇ ਖਿਲਾਫ਼ ਹਿੰਦੁਸਤਾਨ ਦੀ ਧਰਤੀ ਤੇ ਬੋਲਣ ਦੇ ਲਈ ਤਿਆਰ ਨਹੀਂ ਸੀ। ਖਾਲਸਾ ਪੰਥ ਦੇ ਇਸ ਪ੍ਰਕਾਸ਼ ਦਿਹਾੜੇ ਵਿਸਾਖੀ ਦੀ ਮਹੱਤਤਾ ਨੂੰ ਸਮਝਣਾ ਹੋਵੇ ਤਾਂ 30 ਮਾਰਚ 1699 ਤੋਂ ਬਾਅਦ ਦਾ ਇਤਿਹਾਸ ਅਸੀਂ ਪੱਤਰੇ ਫਰੋਲੀਏ, ਹੈਰਾਨੀ ਹੁੰਦੀ ਹੈ ਕਿ ਇੱਕ ਐਸਾ ਇਨਕਲਾਬ ਆਇਆ ਜੀ, ਇਸ ਇਨਕਲਾਬ ਨੇ ਜਿੱਥੇ ਲੋਕ ਕਹਿੰਦੇ ਸਨ ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਤ ਕਵੀ ਨੇ ਪਕੜੀ ਚਿੜੀ ਉੜੇ ਤੋਂ ਹਮ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ, ਉਹਨਾਂ ਵਿੱਚ ਇੰਨੀ ਜੁਰਤ ਆ ਗਈ ਤੇ ਕੇਵਲ 11 ਸਾਲ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਦੇ ਵਿੱਚ ਖਾਲਸਾ ਪੰਥ ਨੇ ਹਿੰਦੁਸਤਾਨ ਦੀ ਸਭ ਤੋਂ ਤਕੜੀ ਸ਼ਕਤੀਸ਼ਾਲੀ ਸਟੇਟ ਜਿਹਨੂੰ ਸਰ ਹਿੰਦ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਹਿੰਦ ਦਾ ਸਿਰ ਕਿਹਾ ਜਾਂਦਾ ਸੀ, ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਨਿਵਾਜੇ ਖਾਲਸੇ ਨੇ ਕੇਵਲ 11 ਸਾਲਾਂ ਦੇ ਬਾਅਦ ਖਾਲਸਾ ਪੰਥ ਦੀ ਸਾਜਨਾ ਤੋਂ ਕੇਸਰੀ ਨਿਸ਼ਾਨ ਚੜਾ ਦਿੱਤਾ ਜੀ, ਤੇ ਸਾਰੀ ਸਰਹੰਦ ਤੇ ਖਾਲਸਾ ਪੰਥ ਦੀ ਹਕੂਮਤ ਕਾਇਮ ਹੋ ਗਈ। ਇੱਥੇ ਹੀ ਬਸ ਨਹੀਂ, ਸਦੀਆਂ ਤੋਂ ਆ ਰਹੇ ਸੀ ਲੁਟੇਰੇ, 712 ਈਸਵੀ ਵਿੱਚ ਪਹਿਲਾ ਮੁਹੰਮਦ ਬਿਨ ਕਾਸਮ ਆਇਆ ਸੀ ਤੇ 1710 ਦੇ ਵਿੱਚ ਖਾਲਸਾ ਪੰਥ ਨੇ ਸਰਹੰਦ ਤੇ ਨਿਸ਼ਾਨ ਚੜਾ ਦਿੱਤਾ। ਨਵਾਬ ਕਪੂਰ ਸਿੰਘ ਜੀ, ਸਰਦਾਰ ਦੱਸਾ ਸਿੰਘ ਜੀ ਆਹਲੂਵਾਲੀਆ ਜੀ, ਸਰਦਾਰ ਵਕੀਲ ਸਿੰਘ ਜੀ ਵਰਗੀਆਂ ਨੇ ਕਈ ਵਾਰ ਇਤਿਹਾਸਕਾਰਾਂ ਨੇ ਤਾਂ 17-18 ਵਾਰ ਲਿਖਿਆ ਕਿ ਇਤਿਹਾਸਕਾਰਾਂ ਨੇ ਕਿ ਦਿੱਲੀ ਨੂੰ ਜਾ ਕੇ ਲੁੱਟਿਆ ਤੇ ਅੰਤ 1783 ਦੇ ਵਿੱਚ ਕੇਸਰੀ ਨਿਸ਼ਾਨ ਚੜਾ ਕੇ ਦਿੱਲੀ ਤੇ ਹਕੂਮਤ ਕਾਇਮ ਕਰ ਲਈ। ਜਿਹੜੇ ਵਿਦੇਸ਼ੀ ਹਮਲਾਵਰ ਆਉਂਦੇ ਸਨ ਇਹ ਖਾਲਸਾ ਪੰਥ ਦੀ ਸਾਜਨਾ ਦਾ ਹੀ ਸਿੱਟਾ ਸੀ ਕਿ ਉਹਨਾਂ ਦੇ ਆਉਣ ਦਾ ਢੰਗ ਬਦਲ ਗਿਆ। ਨਾਦਰ ਸ਼ਾਹ ਅਬਦਾਲੀ ਆਇਆ, ਉਹਨੇ ਜਿੱਥੇ ਅਰਬਾਂ ਖਰਬਾਂ ਦਾ ਸਭ ਕੁਝ ਲੁੱਟਿਆ ਹੋਇਆ ਸੀ, 22,000 ਸੁੰਦਰ ਹਿੰਦੁਸਤਾਨੀ ਬੱਚੀਆਂ ਨੂੰ ਪਕੜ ਕੇ ਆਪਣੇ ਦੇਸ਼ ਲੈ ਗਿਆ। ਅਗਰ ਕਿਸੇ ਨੇ ਰਸਤਾ ਰੋਕਿਆ ਤੇ ਉਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਿਆ ਖਾਲਸਾ ਸੀ ਜਿਹਨਾਂ ਨੇ ਇਤਿਹਾਸ ਬਦਲ ਕੇ ਰੱਖ ਦਿੱਤਾ। ਅੱਜ ਵੀ ਦੁਨੀਆਂ ਦਾ ਸਭ ਤੋਂ ਭਿਆਨਕ, ਸਭ ਤੋਂ ਖਤਰਨਾਕ, ਸਭ ਤੋਂ ਵੱਡਾ ਜੋ ਦਹਿਸ਼ਤਗਰਦ ਹੈ ਓਸਾਮਾ ਬਿਨ ਲਾਦੇਨ, ਅੱਜ ਵੀ ਉਸ ਦੀਆਂ ਮਾਵਾਂ ਭੈਣਾਂ ਧੀਆਂ ਜਦੋਂ ਬੱਚਿਆਂ ਨੂੰ ਡਰਾਉਂਦੀਆਂ ਨੇ ਤੇ ਉਹ ਕੀ ਬੋਲਦੀਆਂ ਉਹ ਸਾਰਾ ਸੰਸਾਰ ਦੇ ਲੋਕਾਂ ਨੂੰ ਪਤਾ। ਪਰ ਇਸ ਓਸਾਮਾ ਬਿਨ ਲਾਦੇਨ ਨੂੰ ਵੀ ਬਚਪਨ ਦੇ ਵਿੱਚ ਇਹਦੀ ਮਾਂ ਡਰਾਉਣ ਦੇ ਲਈ ਇਹੀ ਗੱਲ ਕਹਿੰਦੀ ਹੋਏਗੀ, ਬੱਚਿਆ ਚੁੱਪ ਸ਼ਾਹ ਹਰੀਆ ਰਾਗ ਲੈ, ਬੱਚੇ ਚੁੱਪ ਕਰਦੇ ਨਹੀਂ ਤਾਂ ਸਰਦਾਰ ਹਰੀ ਸਿੰਘ ਹਲਵਾ ਆ ਜਾਏਗਾ। ਸੋ ਖਾਲਸਾ ਪੰਥ ਦੀ ਮਹੱਤਤਾ ਜਿਹੜੀ ਸੀ ਨਾ ਉਹ ਕਿਸੇ ਕਵੀ ਦੀਆਂ ਜਾਂ ਲਾਈਨਾਂ ਤੋਂ ਹੀ ਪਤਾ ਲੱਗ ਜਾਂਦੀ, ਬੈਠਾ ਜਦੋਂ ਤੂੰ ਲਾਹੌਰ ਦੇ ਤਖ਼ਤ ਉੱਤੇ, ਸਭੇ ਪਾਪਾਂ ਪੈਰਾਂ ਤੇ ਢਹਿ ਪਈਆਂ, ਰਹਿ ਗਏ ਬੁੱਧੀ ਨਿਰੇ ਦੁਰਾਨੀਆਂ ਦੇ, ਕਾਨੀਆਂ ਕਾਲਜੇ ਵਿੱਚ ਜਾਂ ਲਹਿ ਗਈਆਂ, ਸੋਨ ਚਿੜੀ ਦਾ ਮਾਸ ਨੂੰ ਖਾਂਦੀਆਂ ਸਨ, ਇਲਾ ਆਲੜੇ ਵਿੱਚ ਹੀ ਸਹਿ ਗਈਆਂ, ਗੁੱਸੇ ਨਾਲ ਜਦੋਂ ਰਾਵੀ ਤੇ ਬੋਲਿਆ ਤੂੰ, ਕਰਕੇ ਕੰਧਾਂ ਕੰਧਾਰ ਦੀਆਂ ਬਹਿ ਗਈਆਂ, ਇੱਧਰ ਸਤਲੁਜ ਤੋਂ ਪਾਰ ਬੈਠਾ ਖਾਂਦਾ ਖੌਫ ਤੇਰੇ ਬਾਹੂ ਬਲ ਦਾ ਸੀ, ਜਿਸ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਸੀ, ਉਹ ਪਿਆ ਬੁਲਾਏ ਤੋਂ ਘੱਲਦਾ ਸੀ। ਖਾਲਸਾ ਪੰਥ ਦੀ ਇਹ ਮਹੱਤਤਾ ਜਿਹੜੀ ਹੈ ਨਾ ਉਹ ਇਤਿਹਾਸ ਦੇ ਪੰਨਿਆਂ ਤੋਂ ਪਤਾ ਲੱਗ ਜਾਂਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਿੱਧੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਦੁਆਰਾ ਸਾਜਿਆ ਨਿਵਾਜਿਆ
ਫਸ ਜਾਏ ਹੁਣ ਦੁਨੀਆਂ ਦੇ ਇਤਿਹਾਸ ਵਿੱਚ ਔਰ ਖਾਸ ਕਰਕੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਕੈਸਾ ਇਨਕਲਾਬ ਲੈਂਦਾ ਕੈਸਾ ਪਲਟਾ ਦਿੱਤਾ ਕਿ ਹਿੰਦੁਸਤਾਨ ਦੇ ਇਤਿਹਾਸ ਦੀ ਧਾਰਾ ਹੀ ਬਦਲ ਕੇ ਰੱਖ ਦਿੱਤੀ। ਅਸੀਂ ਉਸ ਗੌਰਵਮਈ ਦਿਹਾੜੇ ਤੇ ਅੱਜ ਸਮੁੱਚਾ ਸਿੱਖ ਸੰਸਾਰ ਜਿੱਥੇ ਵੀ ਕੋਨੇ ਕੋਨੇ ਵਿੱਚ ਬੈਠਾ ਹੋਇਆ ਹੈ ਉੱਥੇ ਖਾਲਸਾ ਪੰਥ ਦਾ ਪ੍ਰਕਾਸ਼ ਦਿਹਾੜਾ ਮਨਾ ਰਿਹਾ। ਮੈਂ ਲੱਖ ਲੱਖ ਵਧਾਈ ਫਿਰ ਆਪ ਜੀ ਦੇ ਚੰਗਾ ਰਾਹੀਂ ਦਿੰਦਾ ਹਾਂ। ਅਗਲਾ ਸਵਾਲ ਕਰੋ ਜੀ। ਪ੍ਰਿੰਸੀਪਲ ਸਾਹਿਬ, ਜਿਵੇਂ ਤੁਸੀਂ ਜਿਹੜੀ ਇਤਿਹਾਸਕ ਮਹੱਤਤਾ ਹੈਗੀ ਹੈ ਉਹਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਸ ਬਾਰੇ ਵਿਸਥਾਰ ਨਾਲ ਸਾਨੂੰ ਅਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਬੜਾ ਹੀ ਇੱਕ ਗੌਰਵਮਈ ਇਤਿਹਾਸ ਹੈਗਾ ਸਿੱਖ ਕੌਮ ਦਾ। ਪਰ ਅੱਜ ਅਸੀਂ ਜਦੋਂ ਇਹ ਸਾਰੇ ਸਫ਼ਰ ਨੂੰ ਦੇਖਦੇ ਹਾਂ 1699 ਤੋਂ ਜੇ ਅੱਜ ਤੱਕ ਦਾ ਸਫ਼ਰ ਦੇਖਣਾ ਹੋਵੇ ਤਾਂ ਮੁਗਲਾਂ ਦੀ ਗੱਲ ਤੁਸੀਂ ਕੀਤੀ ਹੈਗੀ ਹੈ ਜ਼ਿਆਦਾ ਤੌਰ 'ਤੇ ਜਦੋਂ ਅਸੀਂ ਸਾਡੇ ਪਿਛੋਕੜ ਨੂੰ ਦੇਖਦੇ ਹਾਂ। ਪਰ ਜਿਹੜਾ ਸਾਡਾ ਅਜੋਕਾ ਇਤਿਹਾਸ ਹੈਗਾ ਜੇ ਉਹਦੇ ਵੱਲ ਨਿਗਾਹ ਮਾਰਨੀ ਹੋਵੇ, ਜਿਹੜਾ ਅੰਗਰੇਜ਼ਾਂ ਦਾ ਦੌਰ ਸੀ ਜਾਂ 1947 ਤੋਂ ਬਾਅਦ ਦਾ ਜਿਹੜਾ ਦੌਰ ਹੈਗਾ ਜਦੋਂ ਹਿੰਦੂਤਵੀ ਹਾਕਮ ਜਿਹੜੇ ਹੈਗੇ ਆ ਉਹ ਦਿੱਲੀ 'ਤੇ ਵਿਰਾਜਮਾਨ ਨੇ, ਜਿਹੜੀ ਹਿੰਦੂਤਵੀ ਸੋਚ ਹੈਗੀ ਹੈ ਉਹ ਵਿਰਾਜਮਾਨ ਹੈ, ਤਾਂ ਉਹਦੇ ਤੋਂ ਬਾਅਦ ਦਾ ਜਿਹੜਾ ਸਮਾਂ ਉਹਨੂੰ ਤੁਸੀਂ ਕਿਵੇਂ ਆਪਣੀ ਨਿਗਾਹ ਦੇ ਵਿੱਚੋਂ ਦੇਖਦੇ ਹੋ ਅਤੇ ਅੱਜ ਅਸੀਂ ਕਿੱਥੇ ਕੁ ਖਲੋਤੇ ਹਾਂ ਜਿੱਥੇ ਤੱਕ ਸਿੱਖੀ ਦੀ ਗੱਲ ਹੈਗੀ ਹੈ, ਸਿੱਖ ਸਿਧਾਂਤਾਂ ਦੀ ਗੱਲ ਹੈਗੀ ਹੈ, ਸਿੱਖ ਕੌਮ ਨੂੰ ਅੱਜ ਕਿਸ ਦਿਸ਼ਾ ਵੱਲ ਜਾਂਦੀ ਦੇਖਦੇ ਹੋ? ਦਰਅਸਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਤੇ ਮਾਣ ਨਾਲ ਆਖਿਆ ਸੀ ਕਿ ਜਿਦਨ ਭਜਨ ਮਮ ਖਾਲਸਾ ਖਾਲਸਾ ਯੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ਼ ਪਰਸ਼ ਮਿਟੇ ਸੋ। ਪਰ ਨਾਲ ਸ਼ਰਤ ਲਾ ਦਿੱਤੀ ਸੀ ਤਬਲਾ ਖਾਲਸਾ ਰਹੇ ਨਿਆਰਾ ਅਵਲਨ ਤੇਜ ਲਿਓ ਮੈਂ ਸਾਰਾ ਜਾਵੇ ਵਹਿ ਬਿਸਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ। ਮੈਂ ਸਮਝਦਾ ਹਾਂ ਕਿਤੇ ਨਾ ਕਿਤੇ ਸਾਡੇ ਧਰਮ ਪ੍ਰਚਾਰ ਦੇ ਵਿੱਚ ਖੜੋਤਾਣ ਕਰਕੇ ਤੇ ਪ੍ਰਾਚਨ ਬਜ਼ੁਰਗਾਂ ਦੇ ਵਾਂਗ ਸਮਰਪਿਤ ਭਾਵਨਾ ਔਰ ਤਿਆਗੀ ਭਾਵਨਾ ਨਾ ਹੋਣ ਕਰਕੇ ਅੱਜ ਸਿੱਖ ਬਹੁਤਾ ਕਰਕੇ ਮਤਲਬ ਤ੍ਰਸਤ ਬਣ ਗਿਆ, ਆਪਣੇ ਤੱਕ ਹੀ ਸੋਚਦਾ ਹੈ ਤੇ ਅਸੀਂ ਬੁਰੀ ਤਰ੍ਹਾਂ ਬ੍ਰਹਮੀ ਇੱਛਾ ਦੇ ਵਿੱਚ ਖਚਿਤ ਹੋ ਚੁੱਕੇ ਹਾਂ। ਗੁਰੂ ਪਾਤਸ਼ਾਹ ਨੇ ਆਖਿਆ ਸੀ ਕਿ ਜਦੋਂ ਤੱਕ ਆਪਣਾ ਨਿਆਰਾਪਣ ਅੰਦਰੂਨੀ ਤੇ ਬੈਰੂਨੀ, ਬੈਰੂਨੀ ਸਰੂਪ ਸਾਡਾ ਖਾਲਸੇ ਦਾ ਹੈ ਸਾਹਮਣੇ ਦੇਖਦਾ ਹੈ ਕਿ ਪੰਜ ਵਿਕਾਰ ਬਾਣਾ ਸਿੱਖੀ ਵਾਲਾ ਤਿਆਰ ਵਰ ਤਿਆਰ ਸਭ ਕੁਛ ਹੈ, ਪਰ ਜਦੋਂ ਨਿੱਜੀ ਜੀਵਨ ਦੇਖਦੇ ਹਾਂ ਉੱਥੇ ਬੜੇ ਅਫਸੋਸ ਨਾਲ ਇਹ ਗੱਲ ਕਰਨੀ ਪੈਂਦੀ ਹੈ ਕਿ ਜਿਹਨਾਂ ਔਗਣਾਂ ਤੋਂ, ਜਿਹਨਾਂ ਵਿਕਾਰਾਂ ਤੋਂ, ਜਿਹਨਾਂ ਕਰਮਾਂ ਤੋਂ, ਜਿਹਨਾਂ ਵਹਿਮਾਂ ਭਰਮਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਹੋੜਿਆ ਸੀ ਭਰਮ ਭੇਸ ਤੇ ਰਹਿ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ, ਉਹਨਾਂ ਗੱਲਾਂ ਨੂੰ ਅਸੀਂ ਬਿਲਕੁਲ ਭੁੱਲ ਚੁੱਕੇ ਹਾਂ। ਇੱਥੇ ਹੀ ਬਸ ਨਹੀਂ ਬਲਕਿ ਜਿਹੜੇ ਰੱਬੀ ਗੁਣਾਂ ਦੇ ਧਾਰਨੀ ਸਾਨੂੰ ਬਣਾ ਕੇ ਸਤਿਗੁਰੂ ਜੀ ਆਖਿਆ ਸੀ ਖਾਲਸਾ ਅੱਜ ਤੋਂ ਬਾਅਦ ਤੇਰੇ ਅਤੇ ਮੇਰੇ ਅਤੇ ਅਕਾਲ ਪੁਰਖ ਤਿੰਨਾਂ ਵਿੱਚ ਹੀ ਕੋਈ ਅੰਤਰ ਨਹੀਂ ਰਿਹਾ। ਖਾਲਸਾ ਇਸ ਆਪਣੇ ਮੂਲ ਵਿਰਸੇ ਨੂੰ ਭੁੱਲ ਚੁੱਕਾ ਹੈ ਕਿ ਉਹ ਕੇਵਲ ਇੱਕ ਸਿੱਖ ਹੀ ਨਹੀਂ ਬਲਕਿ ਉਹ ਗੁਰੂ ਦਾ ਦਰਜਾ ਵੀ ਦਿੱਤਾ ਸੀ ਔਰ ਗੁਰੂ ਤੋਂ ਵੀ ਅੱਗੇ ਵੱਧ ਕੇ ਉਹ ਅਕਾਲ ਪੁਰਖ ਵਾਹਿਗੁਰੂ ਸਿੱਖ ਗੁਰੂ ਅਤੇ ਅਕਾਲ ਪੁਰਖ ਜਿਹਨੂੰ ਸਾਡੇ ਵਿਰਸੇ 'ਚ ਲਿਖਿਆ ਕਿ ਆਤਮ ਰਸ ਦੇ ਜਨ ਹੀ ਸੋ ਹੈ ਖਾਲਸ ਦੇਵ ਬ੍ਰਹਮੇ ਮੋਹਮੇ ਦਾਸਮੇ ਰੰਚਕ ਨਾਹੀ ਭੇਵ। ਉਹਦਾ ਸਿਧਾਂਤਾਂ ਨੂੰ ਖਾਲਸਾ ਬਿਲਕੁਲ ਭੁੱਲ ਕੇ ਆਪਣੇ ਵਿਰਸੇ ਤੋਂ, ਆਪਣੇ ਸਿਧਾਂਤਾਂ ਤੋਂ, ਆਪਣੀ ਮਰਿਆਦਾ ਤੋਂ ਬਹੁਤ ਦੂਰ ਜਾ ਚੁੱਕਾ ਹੈ, ਕਿਉਂਕਿ ਇਹੀ ਕਾਰਨ ਹੈ ਅੱਜ ਜਿੱਥੇ ਹੋਰ ਸਾਰੀਆਂ ਖਾਮੀਆਂ ਨੇ ਉਹਨਾਂ ਵਿੱਚ ਭਰਮਾਂ, ਉਹਨਾਂ ਔਗਣਾਂ ਵਿੱਚ, ਉਹਨਾਂ ਜਿਹੜੀਆਂ ਘਟੀਆਂ ਜੀਵਨ ਜੁਗਤ ਸੀ ਸਾਡੇ ਹਿੰਦੁਸਤਾਨੀਆਂ ਦੀ, ਖਾਸ ਕਰਕੇ ਜਾਤ ਪਾਤ, ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਸਿੰਘ ਜਾਂ ਸਿੱਖ ਹੋਣ ਦਾ ਮਾਣ ਨਹੀਂ ਰਿਹਾ ਸਿੱਖਾਂ ਨੂੰ। ਰੋਜ਼ਾਨਾ ਹੀ ਪੰਜਾਬ ਦੇ ਉੱਤੇ ਐਸੀਆਂ ਸੰਸਥਾਵਾਂ ਬਣ ਰਹੀਆਂ ਨੇ ਜਿਹੜੀ ਆਪਣੀ ਜਾਤ ਤੇ ਹੀ ਮਾਣ ਕਰਦੀਆਂ, ਕਿਤੇ ਜੱਟ ਸਭਾ ਹੈ, ਕਿਤੇ ਸੈਣੀ ਸਭਾ ਹੈ, ਕਿਤੇ ਜਮਾਤ ਸਭਾ ਹੈ, ਕਿਤੇ ਬਾਬੀ ਸਭਾ ਹੈ। ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਸਾਰਿਆਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਔਰ ਬਾਟੇ ਵਿੱਚ ਵੀ ਪਤਾਸੇ ਘੋਲੇ ਸੀ, ਕਿਉਂਕਿ ਪਤਾਸੇ ਤਾਂ ਨਹੀਂ ਤਾਂ ਉਸ ਵੇਲੇ ਸ਼ੱਕਰ ਖੰਡ ਨਿਵਾਦ ਗੁੜ ਮਾਖਿਓ ਮੱਝ ਜਾਂ ਦੁੱਧ। ਬਾਬਾ ਫਰੀਦ ਜੀ ਦੇ ਸ਼ਲੋਕ ਤੋਂ ਪਤਾ ਲੱਗਦਾ ਮਿਸ਼ਰੀ ਵੀ ਹੈਗੀ ਸੀ, ਸ਼ੱਕਰ ਵੀ ਹੈਗੀ ਸੀ, ਖੰਡ ਵੀ ਹੈਗੀ ਸੀ, ਪਰ ਪਤਾਸੇ ਕਿਉਂ ਪਾਏ? ਕਿਉਂਕਿ ਪਤਾਸੇ ਪਾਉਣ ਦਾ ਕਾਰਨ ਇਹ ਸੀ, ਸਭ ਤੋਂ ਵੱਡਾ ਪਤਾਸੇ ਛੋਟੇ ਮੋਟੇ ਹੁੰਦੇ ਨੇ। ਸਤਿਗੁਰੂ ਨੇ ਦੱਸਿਆ ਸੀ ਜਿਵੇਂ ਇਹ ਬਾਟੇ ਦੇ ਵਿੱਚ ਛੋਟੇ ਵੱਡੇ ਪਤਾਸੇ ਰਲ ਕੇ ਸਾਰੇ ਅੰਮ੍ਰਿਤ ਦਾ ਰੂਪ ਹੋ ਗਏ ਨੇ, ਏਦਾਂ ਹੀ ਖਾਲਸੇ ਨੇ ਆਪਣੀ ਜਾਤ ਪਾਤ, ਆਪਣੀ ਨਿਜ ਪ੍ਰਾਪਤੀ, ਆਪਣੀ ਇਲਾਕਾ ਪ੍ਰਾਪਤੀ, ਆਪਣਾ ਜਿਹੜਾ ਹੈ ਹਉਮੈ ਹੰਕਾਰ ਉਹਨੂੰ ਤਿਆਗ ਕੇ ਆਪਣੇ ਪਾਵਨ ਦੱਸੇ ਹੋਏ ਗੁਰੂ ਸਾਹਿਬਾਨ ਦੇ ਸਿਧਾਂਤਾਂ ਤੇ ਚੱਲਦੇ ਹੋਏ
ਆਪਣੇ ਨਿਆਰੇਪਨ ਨੂੰ ਕਾਇਮ ਰੱਖਣਾ ਅਤੇ ਔਗਣਾਂ ਨੂੰ ਤਿਆਗ ਕੇ ਖਾਲਸੇ ਦਾ ਰੂਪ ਬਣਨਾ। ਸੋ ਖੁਦ ਪ੍ਰਸਤੀ ਕਰਕੇ ਸਾਡਾ ਸਾਰਾ ਕੁਛ ਹੋਵੇ, ਇੱਕ ਤਾਂ ਆਪਣੇ ਵਿਰਸੇ ਨਾਲ ਟੁੱਟਣ ਕਰਕੇ, ਦੂਜਾ ਇੱਕ ਚਾਲਾਂ ਵੀ ਐਸੀਆਂ ਚੱਲੀਆਂ ਜਾ ਰਹੀਆਂ ਨੇ, ਬਹੁ ਗਿਣਤੀ ਦਾ ਜਿਹੜਾ ਅਜਗਰ ਹੈ, ਅਜਗਰ ਹੁੰਦਾ ਬਹੁਤ ਵੱਡਾ ਸੱਪ, ਉਹ ਖਾਲਸੇ ਨੂੰ ਸਾਬਤਾ ਹੀ ਨਿਕਲ ਲੈਣਾ ਚਾਹੁੰਦਾ ਹੈ। ਜ਼ਿਆਦਾ ਤਾਂ ਇਹ ਹੈ ਕਿ ਸਾਰੀਆਂ ਕੌਮਾਂ ਨੂੰ ਵੀ ਖਤਮ ਕਰਕੇ ਕੇਵਲ ਇੱਕੋ ਹੀ ਝੰਡਾ ਇੱਥੇ ਝੂਲੇ। ਔਰੰਗਜ਼ੇਬ ਦੀ ਰੂਹ ਅੱਜ ਫਿਰ ਸਾਡੇ ਦੇਸ਼ ਵਾਸੀਆਂ ਦੇ ਹਕੂਮਤ ਦੇ ਹਾਕਮਾਂ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਹੈ। ਪਰ ਖਾਲਸਾ ਜੀ, ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੇ ਹੋਏ ਮੈਂ ਸਿੱਖਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਹਾਂ, ਜੋ ਤੁਸੀਂ ਵਿਦੇਸ਼ੀ ਸਿੱਖਾਂ ਨੇ ਅਮਰੀਕਾ ਵਰਗੀ ਧਰਤੀ ਤੇ, ਕੈਨੇਡਾ ਵਰਗੀ ਧਰਤੀ, ਇੰਗਲੈਂਡ ਵਰਗੀ ਧਰਤੀ, ਵਿਦੇਸ਼ਾਂ ਦੀ ਧਰਤੀ ਤੇ ਜੋ ਆਪਣੇ ਉੱਚੇ ਸੁੱਚੇ ਕਿਰਦਾਰ, ਆਪਣੇ ਸਖ਼ਤ ਮਿਹਨਤ ਤੇ ਮੁਸ਼ਕਤ ਦੇ ਨਾਲ ਆਪਣਾ ਨਿਆਰਾਪਣ ਕਾਇਮ ਰੱਖਦੇ ਹੋਏ ਜੋ ਕਾਰਨਾਮੇ ਕੀਤੇ, ਅੱਜ ਮੀਡੀਆ ਦੇ ਰਾਹੀਂ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਅੱਜ ਵਿਸਾਖੀ ਦਾ ਕੌਮੀ ਤਿਉਹਾਰ ਬਣਾ ਕੇ ਵਿਦੇਸ਼ੀ ਸਰਕਾਰਾਂ ਵੀ ਜਿਹੜੀਆਂ ਖਾਲਸੇ ਨੂੰ ਮਾਨਤਾ ਦੇ ਰਹੀਆਂ ਨੇ। ਜੀ ਬਿਲਕੁਲ, ਅੱਜ ਹਿੰਦੁਸਤਾਨ ਦੀ ਧਰਤੀ ਤੇ ਜਿਹੜਾ ਪਤਤ ਨਾ ਹੋਵੇ ਉਹਨੂੰ ਤਰੱਕੀ ਹੋਈ ਨੀ ਦਿੱਤੀ ਜਾਂਦੀ, ਪਤਤਾਂ ਨੂੰ ਵੱਧ ਤੋਂ ਵੱਧ ਤਰੱਕੀਆਂ, ਜਿਹੜੇ ਕੇਸ ਕਟਾ ਲੈਣ ਉਹਨਾਂ ਤੋਂ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਇਹੀ ਕਾਰਨ ਇੱਕ ਸਿਪਾਹੀ ਵੀ ਭਰਤੀ ਹੁੰਦਾ ਹੈ ਸਾਡੇ ਸਿੱਖਾਂ ਦਾ ਬੱਚਾ, ਤੇ ਪਹਿਲਾਂ ਦਾੜੀ ਕਟਾਉਂਦਾ ਹੈ, ਪਹਿਲਾਂ ਕੇਸ ਕਟਾਉਂਦਾ ਹੈ, ਮਿਲਟਰੀ ਵਿੱਚ ਹੁੰਦਾ ਹੈ, ਉੱਥੇ ਉਹ ਅੰਗਰੇਜ਼ਾਂ ਵਾਲੇ ਕਾਨੂੰਨ ਖਤਮ ਕਰਕੇ ਹਿੰਦੁਸਤਾਨੀਆਂ ਵਾਲੇ ਕਾਨੂੰਨ ਲਾਗੂ ਕਰ ਦਿੱਤੇ ਗਏ ਹੈ, ਤਾਂ ਕਿ ਸਿੱਖ ਪਤਤ ਪੌਣੇ ਵਿੱਚ ਖੱਚਤ ਹੋ ਕੇ ਉਸੇ ਹੀ ਸਮੁੰਦਰ ਦੇ ਵਿੱਚ ਗਰਕ ਹੋ ਜਾਣ, ਜਿਸ ਸਮੁੰਦਰ ਦੇ ਵਿੱਚੋਂ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੱਢਿਆ ਸੀ। ਮੈਂ ਸਮਝਦਾ ਇਹਦਾ ਸਭ ਤੋਂ ਵੱਡਾ ਕਾਰਨ ਇਹ ਕਿ ਅਸੀਂ ਆਪਣੇ ਸਿਧਾਂਤਾਂ ਨਾਲ ਟੁੱਟੇ ਹੋਏ ਹਾਂ। ਇੱਕ ਦੇਸ਼ ਦੀਆਂ ਸਾਰੀਆਂ ਸ਼ਕਤੀਆਂ ਇਸ ਵੇਲੇ ਖਾਲਸੇ ਨੂੰ ਖਤਮ ਕਰ ਲੈਣਾ ਚਾਹੁੰਦੀਆਂ ਨੇ, ਅਸੀਂ ਉਹਨਾਂ ਦਾ ਸ਼ਿਕਾਰ ਹੁੰਦੇ ਜਾਣਾ। ਇੱਕ ਆਗੂ ਜਿਹੜੇ ਅੰਤ ਆਗੂ ਦੇ ਅਸੀਂ ਤੋਂ ਵੱਧ ਜਾਣੇ, ਆਪ ਮੁਸੇ ਮਤ ਹੋਸ਼ੀ ਤੋਂ ਰਾਹ ਪਛਾਣੇ, ਸਾਡੇ ਆਗੂ ਵੀ ਜਿਹੜੇ ਨੇ ਅਗਿਆਨੀ ਅੱਗੇ ਆ ਗਏ, ਮਤਲਬ ਭ੍ਰਸ਼ਟ ਅੱਗੇ ਆ ਗਏ, ਉਹਨਾਂ ਨੇ ਵੀ ਕੌਮ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸੋ ਇਸ ਹਾਲਾਤ ਦੇ ਵਿੱਚੋਂ ਨਿਕਲਣ ਵਾਸਤੇ ਪ੍ਰਿੰਸੀਪਲ ਸਾਹਿਬ ਤੁਹਾਡੀ ਆਵਾਜ਼ ਕੱਟ ਰਹੀ ਹੈ ਤੁਹਾਡੀ। ਨਹੀਂ, ਆਵਾਜ਼ ਕੱਟ ਰਹੀ ਹੈ ਪ੍ਰਿੰਸੀਪਲ ਸਾਹਿਬ ਤੁਹਾਡੀ, ਕਲੀਅਰ ਨਹੀਂ ਆ ਰਹੀ ਆਵਾਜ਼। ਝਗੜਿਆਂ ਨੂੰ ਛੱਡੋ, ਖੁਦ ਪ੍ਰਸਤੀ ਨੂੰ ਛੱਡੋ, ਮਤਲਬ ਪ੍ਰਸਤੀ ਨੂੰ ਛੱਡੋ, ਇੱਕ ਹੋ ਕੇ ਅਸੀਂ ਸਾਰੇ ਦੇ ਸਾਰੇ ਗਿਆਨੀ ਗੁਰਦਿੱਤ ਸਿੰਘ, ਗਿਆਨੀ ਜਿੱਤ ਸਿੰਘ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਵਰਗੇ, ਭਾਈ ਕਾਨ ਸਿੰਘ ਨਾਭਾ ਵਰਗੇ, ਸਰਦਾਰ ਕਪੂਰ ਸਿੰਘ ਵਰਗੇ, ਏਦਾਂ ਦੇ ਮਰਜ਼ੀ ਬੜੇ ਪੈਦਾ ਕਰੀਏ ਜਿਹੜੇ ਆਪ ਗੁਰਮੁਖ ਨੂੰ ਸਮਝ ਕੇ, ਸਿੱਖੀ ਨੂੰ ਸਮਝ ਕੇ, ਉਹਨਾਂ ਦਾ ਟੀਚਾ, ਉਹਨਾਂ ਦਾ ਨਿਸ਼ਾਨਾ, ਉਹਨਾਂ ਦੀ ਸੰਸਥਾ ਇੱਕ ਐਸੀ ਬਣ ਜਾਵੇ ਜਿਹੜੀ ਨਿਰੋਲ ਧਰਮ ਪ੍ਰਚਾਰ ਨੂੰ ਸਮਰਪਿਤ ਹੋ ਕੇ ਔਰ ਬਾਕੀ ਸਮੱਸਿਆਵਾਂ ਨੂੰ ਵੀ ਧਿਆਨ ਗੋਚਰੇ ਰੱਖ ਕੇ ਆਪਣੀਆਂ ਸਰਗਰਮੀਆਂ ਚਾਲੂ ਕਰੇ। ਹੁਣ ਤੱਕ ਤਾਂ ਅਸੀਂ ਉਸੇ ਹੀ ਪੁਰਾਣੀਆਂ ਰਲੀਹਾਂ ਤੇ ਚੱਲੇ ਹੋਏ ਹਾਂ ਜਿਹਦੇ ਕਰਕੇ ਸਾਡਾ ਕੌਮੀ ਨੁਕਸਾਨ ਅੱਗੇ ਵੱਧਦਾ ਹੀ ਜਾ ਰਿਹਾ। ਜੀ ਪ੍ਰਿੰਸੀਪਲ ਸਾਹਿਬ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ, ਸਾਰੀ ਇਹ ਤੁਸੀਂ ਬਾਹਰਲਾ ਵੀ ਮੈਂਸ਼ਨ ਕੀਤਾ ਵੀ ਬਾਹਰਲੀ ਧਰਤੀ ਦੇ ਉੱਪਰ ਜਿਹੜਾ ਖਾਲਸੇ ਦਾ ਨਿਆਰਾਪਨ ਹੈਗਾ, ਇੱਕ ਵੱਖਰਾਪਨ ਹੈਗਾ, ਆਪਣੀ ਹੋਂਦ ਹੈਗੀ ਹੈ ਉਹ ਕਾਇਮ ਹੈ, ਅਤੇ ਉਹਨੂੰ ਤੁਸੀਂ ਜਿਹੜੀ ਹੁਣ ਹਾਲ ਹੀ ਦੇ ਵਿੱਚ US ਕਾਂਗਰਸ ਵੱਲੋਂ ਮਾਨਤਾ ਦਿੱਤੀ ਗਈ ਹੈ ਵਿਸਾਖੀ ਨੂੰ ਖਾਲਸਾ ਸਾਜਣਾ ਦਿਵਸ ਦੇ ਤੌਰ 'ਤੇ, ਉਹਨੂੰ ਐਜ਼ ਐਨ ਐਗਜ਼ੈਂਪਲ ਤੁਸੀਂ ਕੋਟ ਕੀਤਾ, ਅਤੇ ਇਹੀ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਦੇਖਦੇ ਹਾਂ ਜਿੱਥੇ ਸਾਡਾ ਮਦਰਲੈਂਡ ਪੰਜਾਬ ਹੈਗਾ, ਉੱਥੋਂ ਦੀ ਧਰਤੀ ਨੂੰ ਦੇਖਦੇ ਹਾਂ ਤਾਂ ਕਿਵੇਂ 1947 ਤੋਂ ਹੀ ਹਿੰਦੂਆਂ ਦੇ ਨਾਲ ਕਲੱਬ ਕਰਕੇ ਜਿਹੜਾ ਕੌਂਸਟੀਟਿਊਸ਼ਨ ਦੇ ਵਿੱਚ ਧਾਰਾ 25B ਦੇ ਤਹਿਤ ਸਿੱਖਾਂ ਨੂੰ ਵੀ ਕੇਸਾਧਾਰੀ ਹਿੰਦੂ ਦੱਸਿਆ ਗਿਆ। ਸੋ ਇਹ ਜਿਹੜੇ ਦੋ ਡਿਫਰੈਂਸਿਸ ਹੈਗੇ ਨੇ, ਇਹਦਾ ਤੁਸੀਂ ਇੱਕ ਸੋਲਿਊਸ਼ਨ ਕੀ ਸਮਝਦੇ ਹੋ ਕਿ ਸੋਲਿਊਸ਼ਨ ਕੀ ਹੋ ਸਕਦਾ ਜਿੱਥੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਨਿਆਰਾਪਣ ਕਾਇਮ ਹੈ ਅਤੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਉਹ ਨਿਆਰਾਪਣ ਨਹੀਂ ਨਜ਼ਰ ਆਉਂਦਾ ਹੈਗਾ, ਉਹ ਵੱਖਰੀ ਹੋਂਦ ਨਹੀਂ ਨਜ਼ਰ ਆਉਂਦੀ, ਇਹਦੇ ਸੋਲਿਊਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਵੀ ਧਾਰਮਿਕ ਤੌਰ ਤੇ ਤਾਂ ਸਾਨੂੰ ਗਿਆਨੀ ਜਿੱਤ ਸਿੰਘ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਦੀ ਲੋੜ ਹੈ, ਉੱਥੇ ਸਿਆਸੀ ਤੌਰ ਤੇ ਵੀ ਨਵਾਬ ਕਪੂਰ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ ਵਰਗੀਆਂ ਜੇ ਸ਼ਖਸੀਅਤਾਂ ਅੱਜ ਮਿਲਣਗੀਆਂ, ਕਿਉਂਕਿ ਗੱਲ
ਗੁਰਮਤ ਗਿਆਨ ਦੀ ਹੈ। ਜੇ ਗੁਰਮਤ ਗਿਆਨ ਸਾਡੇ ਆਗੂਆਂ ਦੇ ਹਿਰਦੇ ਵਿੱਚ ਹੋਏਗਾ, ਉਹ ਕਦੇ ਵੀ ਏਦਾਂ ਦੀ ਗਲਤੀ ਨਹੀਂ ਕਰਨਗੇ। ਸੋ ਦੂਜੇ ਨੰਬਰ ਤੇ ਜਦੋਂ ਤੱਕ ਆਗੂ ਵੋਟਾਂ ਨਾਲ ਚੁਣੇ ਜਾਂਦੇ ਰਹਿਣਗੇ, ਇਲੈਕਸ਼ਨ ਸਿਸਟਮ ਨਹੀਂ ਅਪਣਾਉਂਦੇ ਗੁਰੂ ਸਾਹਿਬਾਨ ਵਾਲਾ, ਇਲੈਕਸ਼ਨ ਸਿਸਟਮ ਸਾਡੇ 'ਚ ਲਾਗੂ ਹੈ, ਉਹ ਭਾਵੇਂ ਪੰਜਾਬ ਦੀ ਧਰਤੀ ਹੈ ਤੇ ਭਾਵੇਂ ਵਿਦੇਸ਼ਾਂ ਵਿੱਚ ਹੈ, ਉਦੋਂ ਤੱਕ ਸਾਡੀ ਕੌਮ ਦਾ ਭਲਾ ਨਹੀਂ ਹੋ ਸਕਣਾ। ਹੈਲੋ ਜੀ, ਹੈਲੋ ਜੀ, ਜੀ ਪ੍ਰਿੰਸੀਪਲ ਸਾਹਿਬ, ਠੀਕ ਆਵਾਜ਼ ਆ ਰਹੀ ਜੀ? ਹਾਂਜੀ ਠੀਕ ਹੈ, ਆਵਾਜ਼ ਠੀਕ ਆ ਰਹੀ। ਹਾਂਜੀ, ਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਜਦੋਂ ਤੱਕ ਸਿਲੈਕਸ਼ਨ ਸਿਸਟਮ ਨਹੀਂ ਅਪਣਾਇਆ ਜਾਂਦਾ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਦੀ ਅਗਵਾਈ ਦੇਣੀ ਸੀ, ਅੱਜ ਕੇ ਦਿਨ ਉਹਨਾਂ ਨੇ ਮੰਗ ਕੀਤੀ ਹੋਈ ਸੀ, ਮੇਰੀ ਤਲਵਾਰ ਨੂੰ ਲੋੜ ਹੈ, ਅੱਜ ਪੰਜ ਸਿੰਘਾਂ ਦੇ ਸਿਰ ਦੀ ਲੋੜ ਹੈ, ਤਲਵਾਰ ਦੀ ਧਾਰ ਤੇ ਪਰਖ ਕੇ ਪੰਜ ਆਗੂ ਚੁਣੇਗੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਖਾਸ ਇਮਤਿਹਾਨ ਲੈ ਕੇ ਆਗੂ ਚੁਣਿਆ ਜਾਂਦਾ ਸੀ, ਗੁਰੂ ਚੁਣਿਆ ਜਾਂਦਾ ਸੀ, ਕਈ ਕਬੂਤ ਕਸਮ ਨਾਲ ਜਾਂ ਘਾਲ ਮਰਦੀ ਘਾਲੀ ਤੇ ਕੋਈ ਸੂਰਮਾ ਹੀ ਅੱਗੇ ਆਉਂਦਾ ਸੀ। ਹੁਣ ਅਨਾੜੀ ਕੇ ਬੰਦੇ ਵੋਟਾਂ ਨਾਲ ਚਿੰਨ ਕੇ ਆ ਜਾਂਦੇ ਆ, ਜਿਹਨਾਂ ਦਾ ਕੋਈ ਧਰਮ ਨੀ, ਦੀਨ ਨੀ, ਮਹਿਮਾਨ ਨੀ, ਉਹ ਲੱਠਮਾਰ ਤਾਂ ਹੋ ਸਕਦੇ ਆ, ਉਹ ਬੇਈਮਾਨ ਹੋ ਸਕਦੇ ਆ, ਉਹ ਨਸ਼ਿਆਂ ਦੇ ਤਸਕਰ ਹੋ ਸਕਦੇ ਆ, ਉਹ ਛੁੱਟ ਭਰਿਆਈ ਤੇ ਉਹਨਾਂ ਦੇ ਸਾਰੇ ਗੁਣ ਹੋ ਸਕਦੇ ਆ, ਪਰ ਉਹ ਚੰਗੇ ਆਗੂ ਨਹੀਂ ਹੋ ਸਕਦੇ ਜਿਹੜੇ ਵੋਟਾਂ ਵਿੱਚ ਜਿੱਤ ਹਾਸਲ ਕਰਦੇ ਨੇ। ਇਸ ਲਈ ਪਹਿਲਾਂ ਆਗੂ ਜਿਹੜੇ ਆ ਸਾਡੇ, ਉਹ ਇਲੈਕਸ਼ਨ ਸਿਸਟਮ ਨੂੰ ਗੁਰਦੁਆਰਾ ਐਕਟ ਦੇ ਵਿੱਚੋਂ ਰਿਜੈਕਟ ਕਰ ਦਿੱਤਾ ਜਾਵੇ ਤੇ ਪੁਰਾਤਨ ਢੰਗ ਅਪਣਾਇਆ ਜਾਵੇ ਜਿੱਥੇ ਆਗੂ ਚੰਗੇ ਆਉਣ, ਬਕਾਊ ਪਾਲ ਨਾ ਹੋਵੇ ਤੇ ਆਪਣੇ ਆਪ ਜਿਹੜਾ ਇਹ ਉਹ ਕੌਮ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ। ਪੁਰਾਤਨ ਸਮੇਂ ਵਿੱਚ ਰਹਿੰਦੇ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਬੰਦ ਕੱਟੇ, ਕੋਪਰੇ ਲਾਈ, ਅਜੇ ਉਦੋਂ ਖਤਮ ਨੀ ਹੋਏ, ਕਿਉਂਕਿ ਹੁਣ ਜਿਹੜੀ ਸਾਡੀ ਅੱਗੇ ਆਗੂ ਲਾਣਾ ਆ ਗਿਆ, ਇਹ ਬਿਲਕੁਲ ਬਕਾਊ ਮਾਲ ਹੈ, ਜਿਹਦੇ ਕਰਕੇ ਸਾਡਾ ਸਾਰਾ ਹੀ ਢਾਂਚਾ ਇਸ ਵੇਲੇ ਵਿਗੜਿਆ ਹੋਇਆ ਹੈ। ਮੈਂ ਤਾਂ ਇਹੀ ਮਸਲਾ ਦਾ ਹੱਲ ਸਮਝਦਾ ਜੀ। ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢਿਆ ਅਤੇ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਰੇ ਇਸ਼ੂ ਦੇ ਉੱਪਰ ਖਾਲਸਾ ਸਾਜਣਾ ਦਿਵਸ ਦੇ ਪਿਛੋਕੜ ਨੂੰ ਦੱਸਦਿਆਂ ਹੋਇਆਂ ਅਤੇ ਅੱਜ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਕੌਮ ਲੰਘ ਰਹੀ ਹੈ, ਅਤੇ ਉਹਦਾ ਸਲਿਊਸ਼ਨ ਤੁਸੀਂ ਕੀ ਦੇਖਦੇ ਹੋ, ਇਸ ਬਾਰੇ ਵਿਚਾਰਾਂ ਦੀ ਸਾਂਝ ਪਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੁਬਾਰਾ ਫਿਰ ਕਿਸੇ ਹੋਰ ਮੁੱਦੇ ਅਤੇ ਇਸ਼ੂ ਦੇ ਉੱਪਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਪ੍ਰਿੰਸੀਪਲ ਸੁਰਿੰਦਰ ਸਿੰਘ ਅਨੰਦਪੁਰ ਸਾਹਿਬ ਤੋਂ, ਮੈਂਬਰ SGPC, ਜਿਨ੍ਹਾਂ ਨੇ ਸਿੱਖਾਂ ਦੇ ਇਤਿਹਾਸ ਬਾਰੇ, ਸਾਡੀ ਜਿਹੜਾ ਕੌਮੀ ਇਤਿਹਾਸ ਹੈਗਾ ਉਸ ਬਾਰੇ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ। ਅਤੇ ਇਹ ਵੀ ਇੱਕ ਲੋੜ ਮਹਿਸੂਸ ਸਮਝਦੇ ਨੇ ਕਿ ਅੱਜ ਦੀ ਡੇਟ ਦੇ ਵਿੱਚ ਸਾਨੂੰ ਸਾਡੇ ਪਿਛੋਕੜ ਦੇ ਨਾਲ, ਇਤਿਹਾਸ ਦੇ ਨਾਲ ਅਤੇ ਸਿਧਾਂਤਾਂ ਦੇ ਨਾਲ ਜਿਹੜਾ ਜੁੜਨ ਦੀ ਲੋੜ ਹੈਗੀ ਹੈ, ਤਾਂ ਕਿ ਜਿਹੜੀ ਸਾਡੀ ਅਣਖ ਦੀ ਗੱਲ ਹੈਗੀ ਹੈ, ਵੱਖਰੀ ਹੋਂਦ ਦੀ ਗੱਲ ਹੈਗੀ ਹੈ, ਅਸੀਂ ਉਹਨੂੰ ਜਾਣ ਸਕੀਏ, ਸਮਝ ਸਕੀਏ ਅਤੇ ਦੁਨੀਆ ਨੂੰ ਉਸ ਬਾਰੇ ਜਾਣਕਾਰੀ ਦੇ ਸਕੀਏ, ਸਮਝਾ ਸਕੀਏ। ਇਸੇ ਦੇ ਨਾਲ ਜਿੱਥੇ ਸਾਡਾ ਸਮਾਂ ਅੱਜ ਦੇ ਸ਼ੋਅ ਦਾ ਸਮਾਪਤੀ ਦੇ ਵੱਲ ਜਾ ਰਿਹਾ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦਿਆਂ ਕਿ TV84 ਦੇ ਕਾਰਜ ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ 'ਤੇ ਜਾ ਕੇ, www.tv84.tv 'ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਦੇ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈੱਸ 'ਤੇ ਭੇਜ ਸਕਦੇ ਹੋ, 3601 37th Avenue, Long Island City, 11101। ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰਦੇ ਹਾਂ, ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।